ਨਸ਼ਿਆਂ ਦਾ ਦੌਰ ਚੱਲ ਰਿਹਾ ਔਰ ਇਹੋ ਜਿਹੇ ਮੁੰਡੇ ਇਹੋ ਜਿਹੇ ਗੱਭਰੂ ਸਾਡੇ ਲਈ ਰੋਲ ਮਾਡਲ ਹੈ ਕੇਦੀਪ ਸਿਵੀਆਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਕਿਵੇਂ ਲਗਾਤਾਰ ਮੁੰਡੇ ਨੇ ਮਿਹਨਤ ਲਾਈ ਹੈ ਔਰ ਆਪਾਂ ਆ ਉਹਦੇ ਖੇਤ ਦੇ ਵਿੱਚ ਬੈਠੇ ਆ ਜਿੱਥੇ ਉਹਨੇ ਇੱਕ ਛੋਟਾ ਜਿਹਾ ਗਰਾਊਂਡ ਬਣਾਇਆ ਜਿੱਥੇ ਕਿ ਆਪ ਵੀ ਮਿਹਨਤ ਲਾਉਂਦਾ ਤੇ ਨਾਲ ਮੁੰਡਿਆਂ ਨੂੰ ਮਿਹਨਤ ਵੀ ਲਾਉਂਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੋਸਟ ਵੈਲਕਮ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਪਹਿਲਾਂ ਤਾਂ ਜੋ ਆਪਣੀ ਇੰਟਰਵਿਊ ਕਰਨ ਲਈ ਤੁਸੀਂ ਆਏ ਕੇਦੀਪ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਹਨਾ ਛੋਟਾ ਹੁੰਦਾ ਹੈ ਬੱਚਾ ਉਹਨੂੰ ਸ਼ੌਕ ਪੈਂਦਾ ਤੇ ਤੁਹਾਨੂੰ ਇਹ ਸ਼ੌਕ ਜਿਹੜਾ ਸੀਗਾ ਉਹ ਕਿੱਥੋਂ ਪਿਆ ਸਪੋਰਟਸ ਦਾ ਬਾਈ ਜੀ ਪਹਿਲਾਂ ਤੋਂ ਹੀ ਮਤਲਬ ਆਪਾਂ ਖੇਡਦੇ ਹੁੰਦੇ ਸੀਗੇ ਕਬੱਡੀ ਖੇਡਦੇ ਹੁੰਦੇ ਸੀ ਨਾਲ ਨਾਲ ਕਦੇ ਫੁੱਟਬਾਲ ਖੇਡ ਲੈਣਾ ਉਦੋਂ ਮੈਨੂੰ ਲੱਗਦਾ ਮੈਂ 10 11 ਸਾਲਾਂ ਦਾ ਹੀ ਹੋਊਂਗਾ ਬਾਈ ਜੀ ਛੋਟੀ ਜਿਹੀ ਉਮਰ ਦਾ ਹਾਂ ਤੇ ਉਦੋਂ ਬਾਈ ਕਬੱਡੀ ਖੇਡੀ ਜਾਂਣੀ ਮੈਚ ਮੂਹ ਚ ਲਾਉਂਦੇ ਹੁੰਦੇ ਸੀਗੇ ਤੇ ਫੁੱਟਬਾਲ ਖੇਡਣਾ ਵੀ ਫਿਟਨੈਸ ਫਿਟਨੈਸ ਦੇ ਵਿੱਚ ਮੈਂ ਪਹਿਲਾਂ ਤੋਂ ਹੀ ਆਇਆ ਹੋਇਆ ਹਾਂ ਬਾਈ ਜੀ ਵੀ ਪੁਸ਼-ਅੱਪ ਲਾਈ ਜਾਣੇ ਆਹ ਪਹਿਲਾਂ ਤੋਂ ਹੀ ਮਤਲਬ ਸ਼ੁਰੂ ਤੋਂ ਸ਼ੌਂਕ ਸੀਗਾ ਹਾਂ ਸ਼ੁਰੂ ਤੋਂ ਸ਼ੌਂਕ ਸੀਗਾ ਬਈ ਆਪਾਂ ਨੂੰ ਕੋਈ ਕਿਸੇ ਨੂੰ ਦੇਖ ਕੇ ਲੱਗੇ ਜਾਂ ਕਿੱਥੋਂ ਮਤਲਬ ਇੱਕ ਮੋਟੀਵੇਸ਼ਨ ਹੁੰਦੀ ਹੈ ਨਾ ਹਰ ਇੱਕ ਬੱਚੇ ਨੂੰ ਜਦੋਂ ਇਸ ਲਾਈਨ ਦੇ ਵਿੱਚ ਆਉਂਦਾ ਤਾਂ ਉਸ ਟਾਈਮ ਦੇ ਵਿੱਚ ਤੇ ਮਤਲਬ ਕੋਈ ਕੋਚ ਮਿਲਿਆ ਜਾਂ ਤੁਹਾਨੂੰ ਸ਼ੌਂਕ ਕਿੱਥੋਂ ਲੱਗਿਆ ਸੀਗਾ ਸ਼ੌਂਕ ਬਾਈ ਜੀ ਆਪਾਂ ਮੈਚ ਵੇਖਦੇ ਹੁੰਦੇ ਸੀਗੇ ਕਬੱਡੀ ਦੇ ਜਾਂ ਫੁੱਟਬਾਲ ਦੇ ਮੈਚ ਵੇਖ ਲੈਣੇ ਤੇ ਹੁਣ ਦਾ ਸੀਗਾ ਵੀ ਆਪਾਂ ਵੀ ਬੋਡੀ ਬਣਾਈਏ ਇਦਾਂ ਮਤਲਬ ਵੀ ਵਧੀਆ ਖੇਢੀਏ ਮੈਚ ਵੀ ਖੇਡਦੇ ਰਹੇ ਕਬੱਡੀ ਦੇ ਟੂਰਨਾਮੈਂਟ ਵੀ ਬਹੁਤ ਲਾਏ ਮਤਲਬ ਵੀ ਜੱਦ ਦੇ ਵੀ ਰਹੇ ਆ ਤੇ ਬਾਅਦ ਚ ਓਦਾਂ ਹੀ ਹੌਲੀ ਹੌਲੀ ਮਤਲਬ ਬਾਈ ਜੀ ਵੀ ਟੀਮ ਰ ਬੜਾਈ ਨਹੀਂ ਗੇ ਪੈਂਡਦੀ ਤੇ ਫਿਰ ਆਪਾਂ ਵੀ ਗੇਮ ਛੱਡ ਕੇ ਪਤਾ ਹੀ ਨਹੀਂ ਲੱਗਾ ਕਦੋਂ ਜੈਮ ਲਾਈਨ ਤੇ ਵੜ ਗਏ ਹਨਾ ਅੱਛਾ ਕੇ ਦੀਪ ਮੈਨੂੰ ਇਹ ਪਤਾ ਲੱਗਿਆ ਸੀਗਾ ਵੀ ਤੁਸੀਂ ਪ੍ਰੋਫੈਸ਼ਨਲ ਕੋਰਸ ਵੀ ਕੀਤਾ ਹੋਇਆ ਹਨਾ ਉਹਦੇ ਬਾਰੇ ਜਰੂਰ ਆਪਾਂ ਦੱਸਿਓ ਵੀ ਕਿਹੜਾ ਤੁਸੀਂ ਕੋਰਸ ਕੀਤਾ ਫਿਟਨੈਸ ਲਾਈਨ ਦਾ ਹਾਂਜੀ ਬਾਈ ਜੀ ਮੈਂ 2018 ਦੇ ਵਿੱਚ ਮੁੰਬਈ ਤੋਂ ਕੀਤਾ ਸੀਗਾ 골ਡ ਜੈਮ ਤੋਂ ਹਾਂ ਪਰਸਨਲ ਟ੍ਰੇਨਰ ਦਾ ਕੀਤਾ ਸੀਗਾ ਪਰਸਨਲ ਟ੍ਰੇਨਿੰਗ ਦਾ ਹਾਂਜੀ ਬਾਈ ਜੀ ਮਤਲਬ ਜੇ ਕਿਸੇ ਨੇ ਪਤਲਾ ਪਤਲਾ ਹੋਣਾ ਹੈ ਨਾ ਆ ਕੇ ਤੁਹਾਡੇ ਤੋਂ ਇੱਥੇ ਐਡਵਾਈਸ ਵੀ ਲੈ ਸਕਦਾ ਹੈ ਨਾ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਬਹੁਤ ਵਧੀਆ ਜਿੱਥੇ ਅੱਜ ਕੱਲ ਲੋਕਾਂ ਨੂੰ ਇਨੀ ਬਿਮਾਰੀਆਂ ਲੱਗੀਆਂ ਵੇ ਤਾਂ ਇੱਥੇ ਆ ਕੇ ਮੁੰਡੇ ਦੇ ਨਾਲ ਤੁਸੀਂ ਖੇਤ ਦੇ ਵਿੱਚ ਬਹੁਤ ਸੁਣਾਏ ਨੇ ਫਿਟਨੈਸ ਵਾਸਤੇ ਇੱਕ ਜ਼ੋਨ ਬਣਾਇਆ ਤੁਸੀਂ ਦੇਖ ਰਹੇ ਹੋ ਇੱਥੇ ਹੈ ਨਾ ਜਿੱਥੇ ਆਪਾਂ ਬੈਠੇ ਹਾਂ ਤੇ ਇੱਥੇ ਆ ਕੇ ਤੁਸੀਂ ਇਹਦੇ ਨਾਲ ਜੁੜ ਸਕਦੇ ਆਂ ਅੱਛਾ ਇਹ ਤਾਂ ਹੋ ਗਈ ਨਾ ਗੱਲ ਵੀ ਕਿ ਦੀ ਤੁਸੀਂ ਇਸ ਲਾਈਨ ਦੇ ਨਾਲ ਜੁੜ ਗਏ ਹਨਾ ਪਹਿਲਾਂ ਤੁਸੀਂ ਚਲੋ ਗੇਮਾਂ ਦੇਖਦੇ ਸੀਗੇ ਹੌਲੀ-ਹੌਲੀ ਤੁਹਾਡਾ ਇੰਟਰਸਟ ਬਣ ਗਿਆ ਫਿਰ ਤੁਸੀਂ ਇਸ ਲਾਈਨ ਦੇ ਵਿੱਚ ਆਏ ਪਰ ਲੇਟੈਸਟ ਜਿਹੜੀ ਤੁਸੀਂ ਗੇਮ ਕਰ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਉਹ ਦੱਸੀਏ ਉਹਦਾ ਨਾਮ ਕੀ ਆ ਜਿਹੜੇ ਬਈ ਆਪਾਂ ਸੋਬਾ ਦਾ ਜਾਈਦਾ ਜਮੇ ਯਾਰ ਤੇ ਸ਼ਾਮ ਨੂੰ ਇੱਥੇ ਆਪਾਂ ਆ ਜਾਈਦਾ ਖੇਤ ਜਿੱਥੇ ਆਪਾਂ ਛੋਟਾ ਜਿਹਾ ਗਰਾਊਂਡ ਬਣਾਇਆ ਹੋਇਆ ਹਾਂ ਤੇ ਉੱਥੇ ਆਪਾਂ ਕੈਲਿਸਟੈਨਿੰਗ ਗੇਮ ਆ ਵੀਰੇ ਇਹ ਕੈਲਿਸਟੈਨਿੰਗ ਜਿਹਦੀ ਤੁਸੀਂ ਵੀਡੀਓ ਦੇ ਸ਼ੁਰੂ ਦੇ ਵੀਡੀਓ ਦੇ ਵਿੱਚ ਦੇਖੇ ਨੇ ਜਿਹੜੇ ਬਾਈ ਦੇ ਸਟੰਟ ਜਿਹੜੇ ਹੈਗੇ ਇਸ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਸੀਂ ਦੇਖਿਆ ਉਹਨੂੰ ਕੈਲਿਸਟੈਨ ਕਹਿੰਦੇ ਹਨਾ ਤਾਂ ਉਹਦੇ ਬਾਰੇ ਦੱਸਿਓ ਵੀ ਉਹਦੇ ਵਿੱਚ ਤੁਸੀਂ ਉਹ ਕਿੱਥੋਂ ਮਤਲਬ ਲੱਗਣ ਲੱਗੀ ਤੇ ਕਿਵੇਂ ਹੌਲੀ-ਹੌਲੀ ਉਹਨੂੰ ਕਿਉਂਕਿ ਉਹ ਬਹੁਤ ਹਾਰਡ ਗੇਮ ਹੁੰਦੀ ਆ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ ਇਹਦੇ ਵਾਸਤੇ ਹਰ ਇੱਕ ਬੰਦਾ ਦੇਖਣ ਦੇ ਵਿੱਚ ਐ ਲੱਗਦਾ ਹੁੰਦਾ ਵੀ ਯਾਰ ਕਰੀ ਜਾਂਦਾ ਇਹ ਹਨਾ ਸੋਹਣਾ ਵੀ ਲੱਗਦਾ ਪਰ ਜਿਹੜੀ ਮਿਹਨਤ ਹੁੰਦੀ ਨਾ ਬਹੁਤ ਜ਼ਿਆਦਾ ਹਾਰਡ ਮਿਹਨਤ ਹੁੰਦੀ ਆ ਤਾਂ ਉਹ ਕਿੰਨੇ ਸਾਲ ਹੋ ਗਏ ਤੁਹਾਨੂੰ ਸ਼ੁਰੂ ਨੂੰ ਸ਼ੁਰੂ ਕੀਤੀ ਨੂੰ ਉਸ ਗੇਮ ਨੂੰ ਕੈਲਿਸਟੈਨਿਕ ਬਾਈ ਜੀ ਆਪਾਂ ਨੂੰ ਹੋ ਗਿਆ ਸਾਲ 2 ਸਾਲ ਹੋ ਗਿਆ ਇਹ ਗੇਮ ਸਟਾਰਟ ਕੀਤੇ ਨੂੰ ਇਹ ਮਤਲਬ ਵੀ ਆਪਣੇ ਪੰਜਾਬ ਚ ਬਹੁਤ ਘੱਟ ਆਏ ਗੇਮ ਇਹ ਗੇਮ ਬਹੁਤ ਜਿਆਦਾ ਫੋਰਨ ਦੇ ਵਿੱਚ ਅੰਗਰੇਜ਼ ਲੋਕ ਜਾਂ ਗੋਰੇ ਲੋਕ ਹੀ ਕਰਦੇ ਆ ਬਾਈ ਇਹ ਗੇਮ ਤੇ ਇਹਦੇ ਲਈ ਮਤਲਬ ਵੀ ਪਾਵਰ ਵੀ ਚਾਹੀਦੀ ਆ ਸਟੈਮਨਾ ਵੀ ਚਾਹੀਦਾ ਬਾਈ ਮੇਰਾ ਕੱਲਾ ਮਤਲਬ ਜਿਮ ਲਾਉਣਾ ਨਹੀਂ ਕੰਮ ਜਿਮ ਲਾਉਣ ਨਾਲ ਨਹੀਂ ਵੀਰੇ ਜੈਮ ਤਾਂ ਮਤਲਬ ਫੰਡਾ ਇਹਦੇ ਨਾਲ ਲੱਗ ਹੀ ਆਗਾ ਅਲੱਗ ਆਏਗਾ ਹਾਂ ਆ ਕਰਕੇ ਸੋਭਾ ਜਮ ਚਲੇ ਜਾਈਦਾ ਸ਼ਾਮ ਨੂੰ ਇੱਥੇ ਲੱਗ ਲੱਗ ਮੂਵ ਸਿੱਖੀ ਜਾਈਦੇ ਬਾਈ ਜੀ ਮਤਲਬ ਦੋ ਟਾਈਮ ਦੀ ਮਿਹਨਤ ਹੈ ਦੋਸਤੋ ਕਿ ਦੀਪ ਦੀ ਐਵੇਂ ਨਹੀਂ ਉਹ ਜੇ ਸਰੀਰ ਬੰਦੇ ਸਵੇਰ ਵੇਲੇ ਵਰਕਆਊਟ ਜਿਹੜਾ ਜਮ ਦੇ ਵਿੱਚ ਹੁੰਦਾ ਮਸਲ ਟ੍ਰੇਨਿੰਗ ਹੁੰਦੀ ਹੈ ਤੇ ਸ਼ਾਮ ਨੂੰ ਜਿਹੜੇ ਉਹ ਮੂਵ ਹੁੰਦੇ ਜਿਹੜੇ ਜਿਵੇਂ ਬਾਈ ਨੇ ਗੱਲ ਕੀਤੀ ਗੇਮ ਦੀ ਕੈਲਿਸਟਨ ਤਾਂ ਉਸ ਗੇਮ ਨੂੰ ਸਿੱਖਣ ਆਪਣੇ ਬਾਈ ਜੀ ਇੱਕ ਇਹ ਆ ਵੀ ਆਪਣੇ ਇਹ ਗੇਮ ਦਾ ਕਿਸੇ ਨੂੰ ਪਤਾ ਨਹੀਂ ਕੈਲਿਸਟਨਿੰਗ ਕੀ ਆਪਣੇ ਫਰੰਟ ਲੀਵਰ ਹੋ ਗਿਆ ਤੇ ਹੈ ਸਟੈਂਡ ਪੁਸ਼-ਅਪ ਹੋ ਗਏ ਟ੍ਰਿਪਲ ਕਲੈਪ ਪੁਸ਼-ਅਪ ਹੋ ਗਏ ਵੇ ਅਲੱਗ-ਅਲੱਗ ਮੂਵ ਆ ਜਾਂਦੇ ਬਾਈ ਜੀ ਜਿਵੇਂ ਹੁਣ ਆਪਾਂ ਨੂੰ ਟੂਰਨਾਮੈਂਟ ਤੇ ਵੀ ਬਾਈ ਜੀ ਸਨਮਾਨਤ ਹੁੰਦਾ ਤੁਹਾਨੂੰ ਪਤਾ ਹੀ ਆ ਉੱਥੇ ਵੀ ਕਹਿ ਦਿੰਦੇ ਆ ਵੀ ਹਾਂ ਸਨੰਤ ਕਰਨਗੇ ਸਟੰਟ ਕਰ ਦੇ ਉਹਦਾ ਫਿਰ ਤਾਂ ਇਹਦਾ ਰੀਜ਼ਨ ਇਹ ਆ ਵੀ ਇਹ ਗੇਮ ਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ ਹਨਾ ਵੀ ਗੇਮ ਦਾ ਨਾਮ ਕੀ ਇਹ ਪ੍ਰੋਫੈਸ਼ਨਲ ਗੇਮ ਹੈਗੀ ਇੱਕ ਤਰ੍ਹਾਂ ਦੀ ਹਨਾ ਗੋਰੇ ਲੋਕ ਜਿਵੇਂ ਆਪਾਂ ਦੱਸਿਆ ਵੀ ਪੰਜਾਬ ਦਾ ਮੇਨੋ ਦਾ ਫਰੀਦਕੋਟ ਜ਼ਿਲ੍ਹੇ ਦਾ ਇੱਕੋ ਇੱਕ ਮੁੰਡਾ ਹੈ ਜਿਹੜਾ ਇਸ ਗੇਮ ਕਰਦਾ ਕਿ ਤੁਹਾਡੇ ਮੇਰੇ ਧਿਆਨ ਚ ਤਾਂ ਹੈ ਨਹੀਂ ਸ਼ਾਇਦ ਤੁਹਾਡੇ ਧਿਆਨ ਚ ਕੋਈ ਹੋਵੇ ਵੀ ਇਸ ਗੇਮ ਨੂੰ ਕੋਈ ਹੋਰ ਵੀ ਮੁੰਡਾ ਜਿਹੜਾ ਹੈਗਾ ਇਸ ਗੇਮ ਨੂੰ ਕਰ ਰਿਹਾ ਇਸ ਟਾਈਮ ਤੇ ਨਹੀਂ ਹਜੇ ਤੱਕ ਤਾਂ ਬਾਈ ਆਪਣੇ ਮਨ ਲੱਦਾ ਏਰੀਆ ਚ ਨਹੀਂ ਕੋਈ ਦੇਖਿਆਗਾ ਵੀ ਕੋਈ ਮਤਲਬ ਕੈਲ ਸਟੈਨਿੰਗ ਗੇਮ ਕਰਦਾ ਹੋਵੇ ਵੀ ਜਵੇਂ ਹੌਲੀ ਹੌਲੀ ਸ਼ਾਇਦ ਕਰਨ ਜ਼ਰੂਰ ਲੱਗ ਜਾਨਗੇ ਕਰਨ ਜ਼ਰੂਰ ਲੱਗ ਜਾਣਗੇ ਬਾਬਾ ਕਿਰਪਾ ਕਰੇ ਕੋਈ ਨਹੀਂ ਬਾਈ 트ੈਂਡ ਚਲਾ ਦਾਂਗੇ ਵਧੀਆ ਗੱਲ ਹੈ ਨਾ ਬਹੁਤ ਵਧੀਆ ਗੱਲ ਆ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਆਪਾਂ ਇਸ ਗੇਮ ਨੂੰ ਮਸ਼ਹੂਰ ਕਰ ਗੇਮ ਨੂੰ ਸੰਭਾਲ ਲਿਆ ਹੋਇਆ ਤੁਸੀਂ ਫਰੀਦਕੋਟ ਜ਼ਿਲ੍ਹੇ ਦਾ ਮਾਣ ਤਾਂ ਸਭ ਤੋਂ ਪਹਿਲਾਂ ਤਾਂ ਬਾਈ ਗੱਲਬਾਤ ਇਹ ਵੀ ਆਪਾਂ ਨਾਲ ਨਾਲ ਜ਼ਰੂਰ ਕਰਾਂਗੇ ਨਾ ਅੱਜ ਕੱਲ ਦੇ ਮੁੰਡੇ ਅ ਉਹਨੂੰ ਜਿਹੜੇ ਹੈਗੇ ਆ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਜਿਹੜੇ ਜਿਮ ਦੇ ਵਿੱਚ ਮਿਹਨਤ ਕਰਨ ਮਿਹਨਤ ਕਰਨੀ ਚਾਹੁੰਦੇ ਹੈਗੇ ਵਧੀਆ ਸਰੀਰ ਬਣਾਉਣੇ ਚਾਹੁੰਦੇ ਆ ਤਾਂ ਕਈ ਵਾਰੀ ਦੇਖਿਆ ਵੀ ਉਹ ਬਹੁਤ ਜਲਦਬਾਜ਼ੀ ਦੇ ਵਿੱਚ ਹੁੰਦੇ ਆ ਤਾਂ ਕੀ ਉਹ ਸਹੀ ਆ ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਇੱਕ ਸਿਹਤ ਜ਼ਰੂਰ ਦੇਜੋ ਹਨਾ ਨਾਲ-ਨਾਲ ਬਾਈ ਜੀ ਗੱਲ ਇਦਾਂ ਜਾਵੇਂ ਜਿਵੇਂ ਕੋਈ ਵੀ ਨਵਾਂ ਮੁੰਡਾ ਜਿੰਮ 'ਚ ਆਉਂਦਾ ਯਾਰ ਹੂੰ ਤੇ ਪਹਿਲੀ ਗੱਲ ਤੇ ਉਹਦੀ ਆਪਣੀ ਵੀ ਹੁੰਦੀ ਆ ਕਿਉਂਕਿ ਉਹ ਰਾਤੋਂ ਰਾਤ ਬਾਈ ਜੀ ਸਟਾਰ ਬਣਨਾ ਚਾਹੁੰਦਾ ਵੀ ਰਾਤੋਂ ਰਾਤ ਮੇਰਾ ਸਰੀਰ ਹੋ ਜਾਏ ਉਹਨੇ ਟ੍ਰੇਨਰ ਨਾਲ ਗੱਲ ਕਰਨੀ ਆ ਟ੍ਰੇਨਰ ਨੇ ਕਹਿਣਾਗਾ ਵੀ ਉਹਨੇ ਕਹਿਣਾ ਬਾਈ ਮੇਰਾ ਜਲਦੀ ਤੋਂ ਜਲਦੀ ਬਾਡੀ ਬਣੇ ਠੀਕ ਆ ਰਾਤੋਂ ਰਾਤ ਟ੍ਰੇਨਰ ਬਾਈ ਜੀ ਕਈ ਟ੍ਰੇਨਰ ਵੀ ਬਹੁਤ ਨੇ ਜਿਹੜੇ ਮਿਸ ਗਾਈਡ ਕਰਦੇ ਆ ਠੀਕ ਆ ਉਹ ਕਹਿਣਗੇ ਵੀ ਤੂੰ ਆਹ ਵਾਲਾ ਗੇਨਰ ਖਾ ਲਾ ਪ੍ਰੋਟੀਨ ਖਾ ਲਾ ਤੇ ਚੱਲ ਵੀ ਤੇਰਾ ਬਾਈ ਮਹੀਨੇ ਚ ਬਣ ਜੂ ਡੇਢ ਮਹੀਨੇ ਚ ਬਣ ਜੂ ਵੀ ਇਦਾਂ ਮਤਲਬ ਵੀ ਸਫਲੀਮੈਂਟ ਖਾਣ ਨਾਲ ਬਾਈ ਜੀ ਕੋਈ ਬਾਡੀ ਨਹੀਂ ਬਣ ਦੇਗੀ ਸਬਲੀਮੈਂਟਿਕ ਕੀ ਆ ਸਬਲੀਮੈਂਟਿਕ ਬਾਈ ਜੀ ਡਾਈਟ ਜਿਵੇਂ ਆਪਾਂ ਕੋਈ ਵੀ ਪ੍ਰੋਟੀਨ ਯੂਜ਼ ਕਰਦੇ ਹਾਂ ਠੀਕ ਆ ਨਾ ਪ੍ਰੋਟੀਨ ਦੇ ਵਿੱਚ ਕੀ ਹੁੰਦਾ ਹੈ ਆਪਾਂ ਨੂੰ ਪ੍ਰੋਟੀਨ ਮਿਲਣਾ 24 ਗ੍ਰਾਮ ਪ੍ਰੋਟੀਨ ਮਿਲਣਾ ਜੇ ਆਪਾਂ 6 ਅੰਡੇ ਖਾ ਲਏ ਉਹ ਚੋ ਵੀ 24 ਗ੍ਰਾਮ ਪ੍ਰੋਟੀਨ ਮਿਲਦਾ ਸਬਲੀਮੈਂਟ ਤਾਂ ਵੀ ਇਹ ਚੀਜ਼ ਆ ਕਿ ਜਦੋਂ ਆਪਣੀ ਕਦੇ ਵੀ ਡਾਈਟ ਮੈਸ ਹੋ ਰਹੀ ਹੈ ਕਦੇ ਬਾਹਰ ਹੋ ਰਹੀ ਹੈ ਫਿਰ ਰਿਕਵਰੀ ਆਸਤੇ ਚਲੋ ਉਦੋਂ ਆਪਾਂ ਵੀ ਉਹ ਨੂੰ ਸਕੂਪ ਟੇਕ ਕਰ ਲੈਣੇ ਆ ਬਾਈ ਜੀ ਤੇ ਆਪਣੇ ਇੱਥੇ ਹੁੰਦਾ ਉਹ ਤੁਸੀਂ ਵੇਖੋ ਇੱਕ ਅੱਜਕੱਲ ਸਪਲੀਮੈਂਟ ਜੀ ਬਾਈ ਜੀ ਵੀ ਮਤਲਬ ਡੋਗਲੀ ਗੈਸਿਸ ਬਹੁਤ ਜ਼ਿਆਦਾ ਜਿਹੜਾ ਕੱਲਾ ਸਪਲੀਮੈਂਟ ਤੇ ਸਿਰ ਤੇ ਹੀ ਬਾਈ ਮਹੀਨੇ ਮਹੀਨੇ ਜਿੰਨੇ weight gain ਕਰ ਲੈਂਦੇ ਆ ਉਹ ਦੇਖੋ ਰੀਨਲ ਥੋੜੀ ਹੋਰ ओरिजिनल ਬੋਡੀ ਨਹੀਂ ਉਹ ਤਾਂ ਕੁਝ ਹੋਊਗਾ ਹੀ ਵਿੱਚ ਮੈਡੀਸਨ ਮੈਕਸ ਹੋ ਕਿਤੇ ਨਾ ਕਿਤੇ ਨੁਕਸਾਨ ਵੀ ਹੁੰਦਾ ਹੈ ਨਾ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ ਜਦੋਂ ਬਾਅਦ ਵਿੱਚ ਉਹਨਾਂ ਨੂੰ 3-4 ਮਹੀਨੇ ਬਾਅਦ ਪਤਾ ਲੱਗਦਾ ਬਾਡੀ ਚ ਬਹੁਤ ਜ਼ਿਆਦਾ ਬਾਈ ਜੀ ਉਹਨਾਂ ਨੂੰ ਨੁਕਸਾਨ ਹੁੰਦੇ ਆ ਤੇ ਬਾਅਦ ਚ ਪਛਤਾਉਂਦੇ ਵੀ ਬਿਲਕੁਲ ਬਹੁਤ ਸੋਹਣੀ ਗੱਲ ਕੇ ਦੀਪ ਨੇ ਕੀਤੀ ਹੈ ਦੋਸਤੋ ਔਰ ਇਹ ਤੁਹਾਡੇ ਸਹੁਰਿਆਂ ਦੇ ਵਾਸਤੇ ਅੱਜ ਕੱਲ ਦੇ ਨੌਜਵਾਨਾਂ ਦੇ ਵਾਸਤੇ ਇੱਕ ਰੋਲ ਮਾਡਲ ਵੀ ਹੈਗਾ ਔਰ ਗੱਲ ਸੁਣਨ ਵਾਲੀ ਹੈ ਵੀ ਰਾਤੋਂ ਰਾਤ ਸਰੀਰ ਨਹੀਂ ਬਣਦੇ ਹਨ ਇਹਦੇ ਵਾਸਤੇ ਲਗਾਤਾਰ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਇੱਕ ਅੱਜ ਕੱਲ ਬਾਈ ਜੀ ਹੋਰ ਟ੍ਰੈਂਡ ਚੱਲਿਆ ਮੈਂ ਦੇਖਦਾ ਹਾਂ ਨਾ ਵੀਡੀਓ ਆਸਾ ਵੀ ਨਿਕਲਦੇ ਜਾਂ ਫੇਸਬੁੱਕ ਤੇ ਮਤਲਬ ਦੇਖ ਲਈਦੀ ਹੈ ਕੋਈ ਕਿਸੇ ਸਪਲੀਮੈਂਟ ਦੀ ਮਤਲਬ ਸ਼ਾਪ ਹੁੰਦੀ ਆ ਕਹਿਣਗੇ ਆ ਦੇਖੋ ਵੀਰ ਜੀ ਤੁਹਾਡਾ ਮਹੀਨੇ ਚ ਸਰੀਰ ਠਾ ਦੋਗਾ ਤੁਹਾਡਾ 15 ਦਿਨਾਂ ਚ ਸਰੀਰ ਠਾ ਦੋਗਾ ਵਾਲੀ ਆ ਠੀਕ ਆ ਤੇ ਉਹ ਵੇਖ ਕੇ ਹੁੰਦਾ ਯਾਰ ਕੀ ਲੋਕਾਂ ਦੇ ਮਤਲਬ ਵੀ ਯਾਰ ਸਿਹਤ ਨਾਲ ਖਿਲਵਾਰ ਕਰੀ ਜਾਂਦੇ ਬਾਈ ਹਨਾ ਕਿਉਂਕਿ ਵੀ ਇਦਾਂ ਮਤਲਬ ਮਹੀਨੇ ਚ ਬਈ ਬਾਡੀ ਬਣ ਲੱਗ ਗਿਆ ਤਾਂ ਯਾਰ ਕੌਣ ਇੰਨਾ ਮੱਥਾ ਮਾਰੀ ਮੱਥਾ ਮਾਰੀ ਹਨਾ ਲੋਹੇ ਦੇ ਨਾਲ ਮੱਥਾ ਕਿੱਥੇ ਮਾਰੇ ਦੋ ਦੋ ਬੱਲਾ ਦੋ ਦੋ ਟਾਈਮ ਦੀ ਮਿਹਨਤ ਲੱਗਦੀ ਹੈ ਦੋ ਸਬਰ ਮੁੱਕਿਆ ਪਿਆ ਬਾਈ ਜੀ ਅੱਜ ਕੱਲ ਸਬਰ ਹੈ ਨਹੀਂਗਾ ਸਬਰ ਹੈ ਨਹੀਂਗਾ ਹਾਂ ਸਬਰ ਨਹੀਂ ਰੱਖਦੇ ਉਹਨਾਂ ਨੂੰ ਐ ਹੁੰਦਾ ਅੱਜ ਕੱਲ ਟ੍ਰੈਂਡ ਚੱਲਿਆ ਰੀਲਾਂ ਤੇ ਮਤਲਬ ਵੀ ਬਾਡੀ ਬੂਡੀ ਬਣਾਉਣ ਦਾ ਰੀਲਾਂ ਬਣਾਵਾਗੇ ਡੋਲੇ ਛੋਲੇ ਦਿਖਾਵਾਂਗੇ ਤਾਂ ਕਰਕੇ ਫਿਰ ਬਈ ਉਹ ਸ਼ਾਰਟਕਟ ਬਣਾਉ ਆਪਣਾਉਂਦੇ ਆ ਸ਼ਾਰਟਕਟ ਵਾਲੇ ਪਾਸੇ ਚੱਲੀ ਆ ਤੇ ਫਿਰ ਮਤਲਬ ਫਿਰ ਉਹ ਘਾਟਾ ਹੀ ਖਾਂਦੇ ਆ ਬਈ ਉਹ ਚੀਜ਼ ਬਿਲਕੁਲ ਦੋਸਤੋ ਗੱਲ ਬਹੁਤ ਸੋਹਣੀ ਕੀਤੀ ਹੈ ਕੇਦੀਪ ਨੇ ਕਿ ਰਾਤੋਂ ਰਾਤ ਸਰੀਰ ਨਹੀਂ ਬਣਦੇ ਹੈਗੇ ਲਗਾਤਾਰ 10 12 ਸਾਲ ਮਿਹਨਤ ਕਰਨੀ ਪੈਂਦੀ ਹੈ ਫਿਰ ਸਬਰ ਸਬਰ ਦੀ ਗੱਲ ਕੀਤੀ ਹੈ ਕੇਦੀਪ ਨੇ ਔਰ ਸਬਰ ਬਹੁਤ ਜ਼ਰੂਰੀ ਹੈ ਕਿਸੇ ਵੀ ਗੇਮ ਨੂੰ ਖੇਡਣ ਵਾਸਤੇ ਸਰੀਰ ਨੂੰ ਬਣਾਉਣ ਵਾਸਤੇ ਸਬਰ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤਾਂ ਬਾਈ ਅੱਜ ਕੱਲ ਫਿਰ ਤੁਸੀਂ ਇੱਥੇ ਖੇਤਾਂ ਦੇ ਵਿੱਚ ਰੌਣਕਾਂ ਲਾਈਆਂ ਐ ਤੇ ਸ਼ਾਹ ਉਹਨੂੰ ਇੱਥੇ ਸਾਰੇ ਸਟੈਂਡਸ ਨੂੰਨ ਦੇ ਇੱਥੇ ਮਤਲਬ ਜਿਹੜੀ ਉਹ ਗੇਮ ਹੈਗੀ ਇਕੈਲਸਟਾਈਨ ਜਾਂ ਜਿਹੜੇ ਮੁੰਡੇ ਨਵੇਂ ਤਿਆਰ ਤੁਹਾਡੇ ਨਾਲ ਜੁੜੇ ਆ ਤਾਂ ਜਾਂ ਹੋਰ ਵੀ ਮੁੰਡੇ ਅੱਛਾ ਇੱਕ ਸਨੇਹਾਂ ਜ਼ਰੂਰ ਅਸੀਂ ਲਾਵਾਂਗੇ ਬਾਈ ਵੀ ਹੋਰ ਜਿਹੜੇ ਮੁੰਡੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਉਹ ਇੱਥੇ ਆ ਕੇ ਜੁੜ ਸਕਦੇ ਤੁਹਾਡੇ ਨਾਲ ਹਾਂਜੀ ਕੋਈ ਗੱਲ ਨਹੀਂ ਬਾਈ ਜੀ ਆਪਣੇ 6 ਵਜੇ ਮੈਂ ਮਤਲਬ ਫਿਰ ਹੀ ਹੋ ਜਾਣਾ 6 ਵਜੇ ਆ ਜਾਈਦਾ ਮੈਂ ਇੱਥੇ ਵੀ ਆ ਜਾਂਦੇ ਆ ਮੁੰਡੇ ਮਤਲਬ ਉਹਨਾਂ ਨੂੰ ਮਿਹਨਤ ਲਵਾ ਦੇਈਦੀ ਕੁਝ ਕਬੱਡੀ ਵਾਲੇ ਵੀ ਹੁੰਦੇ ਆ ਵੇ ਐਸੇ ਫੈਟ ਰੱਖਣਾ ਚਾਹੁੰਦਾ ਆਪਣੇ ਆਪ ਨੂੰ ਠੀਕ ਆ ਤੇ ਕੋਈ ਵੀ ਆ ਸਕਦਾ ਬਾਈ ਆਪਾਂ ਘੰਟਾ ਹੁੰਨੇ ਆ ਦੱਸ ਦਈਦਾ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਜਦੋਂ ਮਰਜ਼ੀ ਜਦੋਂ ਮਰਜ਼ੀ ਆ ਕੇ ਇੱਥੇ ਜੋੜ ਸਕਦੇ ਆ ਹਨਾ ਅੱਛਾ ਕੇਦੀਪ ਹੁਣ ਅੱਗੇ ਫਿਰ ਕੀ ਸੋਚਿਆ ਇਸ ਗੇਮ ਨੂੰ ਅੱਗੇ ਲੈ ਕੇ ਜਾਣਾ ਤਾਂ ਮੈਨੂੰ ਲੱਗਦਾ ਵੀ ਐ ਇਸ ਮੁੰਡੇ ਨੂੰ ਮੈਂ ਇੱਕ ਹੋਰ ਸੁਨੇਹਾ ਲਾਉਂਗਾ ਜਿੰਨੇ ਵੀ ਟੂਰਨਾਮੈਂਟ ਹੁੰਦੇ ਹਨ ਕਬੱਡੀ ਟੂਰਨਾਮੈਂਟ ਹੁੰਦੇ ਆ ਤਾਂ ਇਸ ਨੌਜਵਾਨ ਨੂੰ ਫਰੀਦਕੋਟ ਜ਼ਿਲ੍ਹੇ ਦੇ ਜਿੰਨੇ ਵੀ ਟੂਰਨਾਮੈਂਟ ਹੁੰਦੇ ਆ ਜਰੂਰ ਬੁਲਾਇਆ ਕਰੋ ਕਿਉਂਕਿ ਇੱਕ ਰੋਲ ਮਾਡਲ ਹੈ ਇਹਨਾਂ ਨੂੰ ਦੇਖ ਕੇ ਇਹੋ ਜਿਹੇ ਮੁੰਡਿਆਂ ਨੂੰ ਗੱਭਰੂਆਂ ਨੂੰ ਦੇਖ ਕੇ ਲੋਕਾਂ ਨੇ ਸਿੱਖਣਾ ਜਿਨ੍ਹਾਂ ਨੇ 10-12 12 ਸਾਲ ਦੀ ਮਿਹਨਤ ਔਰ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਿਆ ਹੈ ਨਾ ਤਾਂ ਇੱਕ ਲਾਸਟ ਦੇ ਵਿੱਚ ਕੇ ਦੀ ਪਸਨੇਹਾ ਜਰੂਰ ਲਾਇਓ ਅੱਜ ਕੱਲ ਦੇ ਯੂਥ ਨੂੰ ਜਿਵੇਂ ਉਹਨਾਂ ਨੇ ਸਰੀਰ ਬਣਾਉਣਾ ਤਾਂ ਕੀ ਉਹਨਾਂ ਨੇ ਸਰੀਰ ਬਣਾਉਣਾ ਤਾਂ ਕੀ ਗਲਤੀਆਂ ਨਾ ਕਰਨ ਔਰ ਚੰਗੇ ਪਾਸੇ ਲੱਗ ਸਕੇ ਅੱਜ ਕੱਲ ਦਾ ਯੂਥ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਗਲਤ ਹੋਇਆ ਚੱਟੇ ਦੇ ਨਸ਼ੇ ਦੇ ਵਿੱਚ ਫਸੇ ਹੋਏ ਨੌਜਵਾਨ ਤਾਂ ਉਹਨਾਂ ਨੂੰ ਇੱਕ ਸਨੇਹਾ ਜ਼ਰੂਰ ਲਾਇਓ ਭਾਈ ਜੇ ਜਦੋਂ ਵੀ ਕੋਈ ਨਵਾਂ ਬੰਦਾ ਜੈਮ ਆਂਦਾ ਪਹਿਲੀ ਗੱਲ ਤਾਂ ਦਿਮਾਗ 'ਚ ਇਹ ਚੀਜ਼ ਸੈੱਟ ਕਰਕੇ ਚੱਲੇ ਹੂੰ ਵੀ ਸ਼ਾਰਟਕਟ ਨਹੀਂ ਅਪਣਾਉਣਾ ਸਬਰ ਰੱਖਣਾਗਾ ਠੀਕ ਆ ਸਹੀ ਕੋਚ ਦੀ ਪਰਖ ਕਰੋ ਵੀ ਆਪਾਂ ਨੂੰ ਸਹੀ ਗਾਈਡ ਕਰ ਰਿਹਾ ਕੋਈ ਵੀ ਮਤਲਬ ਆਪਾਂ ਨੂੰ ਸਟੀਰ ਰੋਡ ਕਹਿੰਦਾਗਾ ਵੀ ਸਟੀਰ ਰੋਡ ਕਰ ਲਾ ਜਾਂ ਕੋਈ ਸਪਲੀਮੈਂਟ ਪਹਿਲੇ ਦਿਨ ਹੀ ਆਪਾਂ ਨੂੰ ਕਹਿ ਦਿੰਦਾ ਬਈ ਤੂੰ ਪਟੀਨ ਲੈ ਲਾ ਠੀਕ ਆ ਉਹ ਚੀਜ਼ ਮਤਲਬ ਆਪਾਂ ਨੂੰ ਨਹੀਂ ਉਹਦੇ ਜਨ ਬਿਲਕੁਲ ਉਹ ਉਹ ਲੋਕਾਂ ਤੋਂ ਬਚਣਾ ਚਾਹੀਦਾ ਕਿ ਦੀਪ ਦਾ ਮਹਿਲ ਦਾ ਮਤਲਬ ਇਹ ਕਹਿੰਦਾ ਹੈਗਾ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਕੋਈ ਕੋਚ ਕਹਿੰਦਾ ਵੀ ਆ ਚੱਕੋ ਸਮਾਨ ਸਟੀਰੋਇਡ ਲਾਓ ਤੇ ਵਧੀਆ ਸਰੀਰ ਬਣ ਜਾਊਗਾ ਉਹਦੇ ਤੋਂ ਤਾਂ ਦੂਰ ਬਿਲਕੁਲ ਦੂਰ ਰਹਿਣਾ ਚਾਹੀਦਾ ਆਪਾਂ ਨੂੰ ਮਤਲਬ ਵੀ ਡਾਈਟ ਆਪ ਕਹਿੰਦੇ ਅੱਜ ਕੱਲ੍ਹ ਕਹਿ ਦਿੰਦੇ ਜਿਵੇਂ ਘਰਾਂ 'ਚ ਵੀ ਕਹਿ ਦਿੰਦੇ ਕੋਈ ਮੋਟਾ ਬੰਦਾ ਵੀ ਡਾਈਟ ਮੈਂ ਡਾਈਟ ਕਰਨੀ ਹੈ ਡਾਈਟ ਕੀ ਆ ਹੂੰ ਵੇ ਆਪਣਾ ਲਾਈਫ ਸਟਾਈਲ ਸਹੀ ਕਰੋ ਤੁਸੀਂ ਲਾਈਫ ਸਟਾਈਲ ਦੇ ਵਿੱਚ ਹੀ ਮਤਲਬ ਹੈਲਥੀ ਮੀਲ ਐਡ ਕਰੋ ਡਾਈਟ ਤਾਂ ਉਹ ਹੁੰਦੀ ਆ ਨਾ ਵੀ 2 ਮਹੀਨੇ ਕਰ ਲਈ 3 ਮਹੀਨੇ ਕਰ ਲਈ ਬਾਅਦ ਚ ਬਾਅਦ ਚ ਠੀਕ ਹੈ ਨਾ ਫਿਰ ਉੱਥੇ ਆ ਜੂਗੀ ਤੇ ਵੀ ਆਪਣਾ ਲਾਈਫ ਸਟਾਈਲ ਹੀ ਇਦਾਂ ਦਾ ਕਰੋ ਵੀ ਉਹ ਚ ਹੈਲਥੀ ਮੀਲ ਐਡ ਕਰੋ ਜਿਹੜਾ ਆਪਾਂ ਫਾਸਟ ਫੂਡ ਬਾਹਰ ਦਾ ਖਾਂਦੇ ਆ ਉਹ ਛੱਡ ਦਿਓ ਠੀਕ ਆ ਇਹ ਤਾਂ ਬਈ ਫਿਰ ਉਹ ਗੱਲ ਹੋ ਗਈ ਹੈ ਨਾ ਜਿਵੇਂ ਮੰਨ ਲਓ ਵੀ ਦੋਸ਼ ਆਪਾਂ ਰੋਟੀਆਂ ਨੂੰ ਦੇ ਦਿੰਨੇ ਆ ਵੀ ਰੋਟੀਆਂ ਖਾਣ ਨਾਲ ਬੰਦਾ ਮੋਟਾ ਹੁੰਦਾ ਰੋਟੀਆਂ ਤਾਂ ਮਿਲਾਂ ਤਾਂ ਤੁਸੀਂ ਵੀ ਇੱਕ ਟਾਈਮ ਦੋ ਟਾਈਮ ਖਾਂਦੇ ਹੋਵੋਗੇ ਨਾ ਪਰ ਮਿਹਨਤ ਗੱਲ ਤਾਂ ਮਿਹਨਤ ਦੀ ਹੈ ਸ਼ਾਇਦ ਉਹ ਜ਼ਰੂਰ ਸਨੇਹ ਲਾਇਆ ਵੀ ਕੀ ਰੋਟੀਆਂ ਖਾਣ ਨਾਲ ਬੰਦਾ ਮੋਟਾ ਹੁੰਦਾ ਕਿ ਮਿਹਨਤ ਛੱਡਣ ਨਾਲ ਮੋਟਾ ਹੁੰਦਾ ਰੋਟੀ ਵੀ ਇੱਕ ਸਾਹ ਬਾਈ ਕਾਰਬ ਹੀ ਆ ਹਾਂ ਠੀਕ ਆ ਉਹ ਆਪਾਂ ਨੂੰ ਪਤਾ ਆਪਣੇ ਅੱਖਾਂ ਸਾਹਮਣੇ ਬਣਦੀ ਆ ਰੋਟੀ ਠੀਕ ਆ ਖੇਤਾ ਚੋਂ ਮਤਲਬ ਆਪਣੇ ਆਟਾ ਬਾਂਹ ਠੀਕ ਆ ਘਰਕ ਤੋਂ ਆਟਾ ਬਣਦਾਗਾ ਉਹ ਆਪਾਂ ਨੂੰ ਪਤਾ ਕਾਬ ਜਿਹੜੇ ਆਪਾਂ ਬਾਹਰੋਂ ਲੈਨੇ ਆ ਮਤਲਬ ਉਹ ਵੀ ਤਾਂ ਕਾਬ ਹੀ ਲੈਨੇ ਆ ਆਪਾਂ ਹਾਂ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਕੀ ਪਾਇਆ ਉਹਨਾਂ ਦੀ ਆਪਾਂ ਨੂੰ ਵੀ ਕੀ ਪਾਇਆ ਕੀ ਨਹੀਂ ਪਾਇਆ ਉਹਨਾਂ ਚ ਤੇ ਵੀ ਇਹੀ ਆਪਣਾ ਲਾਈਫ ਸਟਾਈਲ ਸਹੀ ਕਰੋ ਉਹ ਚ ਹੈਲਥੀ ਮੀਲ ਐਡ ਕਰੋ ਫਾਸਟ ਫੂਡ ਛੱਡੋ ਠੀਕ ਆ ਨਾਮਕ షుగర్ ਇਹ ਚੀਜ਼ਾਂ ਛੱਡ ਦੋ ਬਾਈ ਜੀ ਠੀਕ ਆ ਕਿਉਂਕਿ ਅੱਜ ਕੱਲ੍ਹ ਘਰ ਘਰ ਦੇ ਵਿੱਚ ਕੈਸਟਰੋਲ ਸ਼ੂਗਰ ਇਹ ਚੀਜ਼ਾਂ ਵਧੀਆਂ ਪਈਆਂ ਇਹ ਕਿਹਨੇ ਠੀਕ ਕਰਨੀਆਂ ਬਾਈ ਜੀ ਨਾ ਤਾਂ ਕਿਸੇ ਗਵਰਨਮੈਂਟ ਨੇ ਕਰਨੀਆਂ ਠੀਕ ਆ ਨਾ ਕਿਸੇ ਡਾਕਟਰ ਨੇ ਕਰਨੀਆਂ ਇਹ ਚੀਜ਼ਾਂ ਆਪਾਂ ਖੁਦ ਸਹੀ ਕਰਨੀਆਂ ਬਿਲਕੁਲ ਡਾਕਟਰ ਤਾਂ ਦਵਾਈ ਦੇ ਦੂਗੇ ਹਨਾ ਖਰਾਬ ਬਿਮਾਰ ਹੋਣ ਤੋਂ ਬਾਅਦ ਪਰ ਉਸ ਤੋਂ ਪਹਿਲਾਂ ਜਿਹੜੇ ਕਾਰਨ ਵਾਲੇ ਕੰਮ ਆ ਉਹ ਆਪਾਂ ਨੂੰ ਕਰਨੇ ਚਾਹੀਦੇ ਔਰ ਕੇਦੀਪ ਨੇ ਇੱਕ ਬਹੁਤ ਸੋਹਣਾ ਸੁਨੇਹਾ ਲਾਇਆ ਵੀ ਆਪਦੀ ਰਸੋਈ ਨੂੰ ਆਪਣੇ ਘਰ ਦੇ ਵਿੱਚ ਜੋ ਅਸੀਂ ਖਾਂਦੇ ਆ ਉਹਨੂੰ ਸਹੀ ਕਰੋ ਜੇ ਬਿਮਾਰੀਆਂ ਤੋਂ ਬਚਣਾ ਹੈ ਨਾ ਬਹੁਤ ਸੁਸਤ ਬਾਈ ਜੀ ਫਰਿੱਜ ਹੁੰਦੀ ਆ ਉਹ ਚ ਸਹੀ ਹੈਲਥੀ ਮੀਲ ਰੱਖੋ ਠੀਕ ਆ ਫਲ ਫਰੂਟ ਰੱਖੋ ਉਹ ਚੰਗੀਆਂ ਚੀਜ਼ਾਂ ਖਾਓ ਇਹ ਮੈਗੀਆਂ ਮੋਗੀਆਂ ਦਾ ਮਤਲਬ ਖਿਹੜਾ ਛੱਡ ਦੋ ਬਿਲਕੁਲ ਬਿਲਕੁਲ ਬਹੁਤ ਜਮਚ ਆਉਂਦੇ ਆ ਬਹੁਤ ਜਾਣੇ ਆਉਂਦੇ ਆ ਕਈ ਮਿਲਦੇ ਆ ਕਈ ਮੋٹے ਬੰਦੇ ਹੁੰਦੇ ਇੱਕੋ ਦਾ ਮਤਲਬ ਵੀ ਸਾਰਾ ਕੋਸ਼ਿਸ਼ ਛੱਡ ਦਿੰਦੇ ਆ weight loss ਕਰਨਾ ਠੀਕ ਆ ਨਾ ਉਹਦੇ ਨਾਲ ਕੀ ਹੁੰਦਾਗਾ ਇੱਕ ਤਾਂ weight weight loss ਹੋ ਜਾਂਦਾ weight loss ਮਤਲਬ ਮਹੀਨੇ ਚ 10 15 ਕਿਲੋ ਵੀ ਹੋ ਜਾਂਦਾ weight loss ਪਰ ਵੀ ਗੱਲ ਕੀ ਹੁੰਦੀ ਆ ਸਟੈਕ ਚ ਮਾਰਕਸ ਆ ਜਾਂਦੇ ਆ ਮੇਨ ਬੋਸ ਬਣ ਜਾਂਦੇ ਆ ਉਹਦੇ ਨਾਲ ਤੇ ਜਿਹਦੇ ਨਾਲ ਵੀ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਮਤਲਬ ਉਹਦੇ ਜਿਹੜੀ ਉਹ ਬੋਡੀ ਪੂਰੀ ਜਿਹੜੀ ਹੈਗੀ ਅੰਦਰੋਂ ਖੋਖਲੀ ਵੀ ਹੋ ਜਾਂਦੀ ਹੈ ਨਾ ਜਿਹੜੀ ਇੱਕਦਮ ਮੈਟਾਬੋਲਿਜ਼ਮ ਆਪਣਾ ਬਾਈ ਸਲੋ ਹੋ ਜਾਂਦਾ ਉਹਦੇ ਨਾਲ ਜਦੋਂ ਆਪਾਂ ਫੇਰ ਆਪਾਂ ਰੋਟੀ ਖਾਂਦੇ ਆ ਕੋਈ ਵੀ ਕੁਝ ਵੀ ਖਾਣ ਲੱਗਦੇ ਆ ਫੇਰ ਆਪਣਾ weight ਉੱਥੇ ਹੀ ਹੋ ਜਾਂਦਾ ਹੂੰ ਤਾਂ ਫਿਰ ਉਹਨਾਂ ਜਿਹੜੇ ਇੰਨੇ ਮੋٹے ਬੰਦੇ ਹੁੰਦੇ ਆ ਇਹਨਾਂ ਨੂੰ ਇੱਕਦਮ ਡਾਈਟ ਨਹੀਂ ਛੱਡਣੀ ਚਾਹੀਦੀ ਇਹਨਾਂ ਇੱਕ ਬਹੁਤ ਸੋਹਣਾ ਸਿਧੀਆਂ ਤਾਂ ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਮਤਲਬ ਥੋੜਾ ਜਿਹਾ ਗਾਈਡ ਜ਼ਰੂਰ ਕਰ ਦਿਓ ਕਿਉਂਕਿ ਜ਼ਿਆਦਾਤਰ ਲੋਕ ਇਸੇ ਤੇ ਹੀ ਵਰਕ ਕਰਦੇ ਮोटाਪਾ ਮਤਲਬ ਚੰਗੇ ਮੇਲ ਖਾ ਚੰਗੀ ਮੀਲ ਖਾਣ ਦੋ ਦੋ ਘੰਟੇ ਬਾਅਦ ਤਿੰਨ ਘੰਟੇ ਬਾਅਦ ਖਾਣ ਪਰ ਸਹੀ ਡਾਈਟ ਲੈਣ ਫਾਸਟ ਫੂਡ ਛੱਡਣ ਜਿੱਥੇ ਮਤਲਬ ਆਪਾਂ ਦੋ ਰੋਟੀ ਖਾਂਦੇ ਆ ਉੱਥੇ ਇੱਕ ਰੋਟੀ ਖਾਓ ਨਾਲ ਗ੍ਰੀਨ ਵੈਜਿਜ਼ ਖਾ ਲਓ ਠੀਕ ਆ ਵਰਲਡ ਹੋ ਗਿਆ ਠੀਕ ਆ ਇਹ ਜੇ ਫਲ ਫਰੂਟ ਖਾ ਲਓ ਵੀ ਇੱਕੋ ਦਮ ਵੀ ਰੋਟੀਆਂ ਮਤਲਬ ਵੀ ਸਾਰਾ ਕੁਝ ਨਾ ਛੱਡੋ ਬਿਲਕੁਲ ਬਹੁਤ ਸੁਣੀ ਗੱਲ ਕੀਤੀ ਆ ਔਰ ਬਹੁਤ ਸੋਹਣਾ ਸੁਨੇਹਾ ਇੱਕ ਲਾਇਆ ਕੇਦੀਪ ਨੇ ਸਭ ਤੋਂ ਅਖੀਰ ਦੇ ਵਿੱਚ ਜਿਹੜੀ ਗੱਲ ਨਿਕਲਦੀ ਹੈਗੀ ਆ ਵੀ ਮਿਹਨਤ ਆ ਨਾ ਸਭ ਤੋਂ ਵੱਡੀ ਗੱਲ ਮਿਹਨਤਾ ਸ਼ਾਰਟਕਟ ਦੇ ਨਾਲ ਕੋਈ ਵੀ ਬੰਦਾ ਜਿਹੜਾ ਜੀ ਇਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਜੇ ਹੋਇਆ ਵੀ ਤਾਂ ਫੇਲ ਹੋ ਜਾਊਗਾ ਹਨਾ ਕਿਤੇ ਨਾ ਕਿਤੇ ਜਾ ਕੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਕੇ ਦੀਪ ਨੇ ਕੀਤੀ ਹੈ ਵੀ ਡਾਈਟ ਹੈ ਜਿਹੜੀ ਸਾਡੀ ਸਾਡੇ ਘਰਾਂ ਦੀ ਖਾਣਕ ਹੈ ਬਹੁਤ ਵਧੀਆ ਸਾਨੂੰ ਆਪਣੀ ਰਸੋਈ ਨੂੰ ਸੁਧਾਰਨਾ ਚਾਹੀਦਾ ਜਿਵੇਂ ਖੰਡ ਦੀ 슈ਗਰ ਦੀ ਗੱਲ ਕੀਤੀ ਨਮਕ ਦੀ ਗੱਲ ਕੀਤੀ ਇਹਨਾਂ ਚੀਜ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਸੋ ਕੇ ਦੀਪ ਸਾਡੇ ਨਾਲ ਜੁੜਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋਮਾ